ਹਾਂਜੀ 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 ਲਓ ਜੀ ਕੁਛ ਗੱਲਾਂ ਸਾਂਝੀਆਂ ਕਰਨ ਲੱਗਿਆ ਅਸਰ ਤੋਰੀਆ ਬੀਜਣਾ ਛੱਡਦਾ ਛੱਡਦਾ ਹੋਇਆ ਗਏ ਤੇਲ ਮਿਲਾਵਟਾਂ ਵਾਲੇ ਕੁਮਾਦ ਵੇਖਣ ਲੱਭਦੇ ਨੀ ਤੇ ਚਕੰਦਰ ਹੋ ਗਏ ਜੇ ਵਾਲੇ ਜਦੋਂ ਪੈਲੀਆਂ ਦੇ ਵਿੱਚ ਨਿਰਾ ਹੀ ਕਮਾਦ ਹੁੰਦਾ ਸੀ ਨਾ ਕੰਨੇ ਹੁੰਦੇ ਸੀ ਤੇ ਕਿਸੇ ਨੇ ਸੁਣਿਆ ਸੀ ਵੀ ਸ਼ੂਕਰ ਦਾ ਨਾਮ ਛਾੜੀ ਹੁੰਦਾ ਸੀ ਤੇ ਖੰਡ ਤੇ ਕੰਨੇ ਤੋਂ ਬਣਦੀ ਆ ਕਦੇ ਕਿਸੇ ਨੇ ਵੇਖਿਆ ਸੀ ਵੀ ਕਿਸੇ ਦਾ ਬੀਬੀ ਵਧੀਆ ਹੋਵੇ ਘਟਿਆ ਹੋਵੇ ਆ ਕਦੇ ਕਿਸੇ ਨੂੰ ਅਟੈਕ ਹੋਇਆ ਹੋਵੇ ਆ 15-20 ਸਾਲਾਂ ਵਿੱਚ ਕਹਾਣੀ ਬਦਲ ਗਈ ਸਾਰੀ ਹੁਸਰ ਤੋਰੀਆ ਬੀਜਣਾ ਛੱਡਦਾ ਛੱਡਦਾ ਹੋਇਆ ਕਿ ਤੇਲ ਮਿਲਾਵਟਾਂ ਵਾਲੇ ਕਮਾਦ ਵੇਖਣ ਨੂੰ ਲੱਭਦੇ ਨੀ ਤੋ ਚਕੰਦਰ ਹੋ ਗਏ ਵਾਲੇ ਹੋ ਮੱਕੀ ਬਾਜਰਾ ਛੱਡ ਕੇ ਛੱਡ ਕੇ ਉਹ ਮੈਦਾ ਖਾਈ ਜਾਂਦੇ ਆ ਉਹ ਮਹਿੰਗੀਆਂ ਮਹਿੰਗੀਆਂ ਯਾਰਾਂ ਖੇਤਾਂ ਵਿੱਚ ਪਾਈ ਜਾਂਦੇ ਆ ਫਿਰ ਕਹਿੰਦੇ ਬਾਬਾ ਪੁੱਜਿਆ ਪੁੱਜਿਆ ਉਹ ਫਿਰ ਕਹਿੰਦੇ ਬਾਬਾ ਪੁੱਜਿਆ 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 ਉਹ ਚਿਹਰਾ ਰਹਿੰਦਾ ਏ ਲਾਡੀ ਬਾਜੀ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ ਪੜਦੇ ਦੁੱਧ ਨਹੀਂ ਮਿਲਦਾ ਮਾਵਾਂ ਦਾ ਉਹ ਦੁੱਧ ਪੈਕਟਾਂ ਵਾਲਾ ਪੀ ਕਿਹੜਾ ਉਹ ਦਾਰਾ ਬਣ ਜੂਗਾ ਉਹ ਬਚਿੱਤਰ ਸਿੰਘ ਦੇ ਵਾਂਗੂ ਹਾਥੀ ਮੂਰੇ ਖੜ ਜੂਗਾ ਉਹ ਬੀਪੀ ਘੱਟ ਗਿਆ ਸ਼ੂਗਰ ਵੱਧ ਗਈ ਉਹ ਬੀਪੀ ਘੱਟ ਗਿਆ ਸ਼ੂਗਰ ਵੱਧ ਗਈ ਘੱਟ ਗਏ ਸੈੱਲ ਮੇਰੇ ਇਹੋ ਬਖੇੜਾ ਰਹਿੰਦਾ ਉਹ ਇਸੇ ਕਰਕੇ ਹੌਸਪੀਟਲ ਵਿੱਚ ਗੇੜਾ ਰਹਿੰਦਾ ਏ
ਇਸੇ ਕਰਕੇ ਹਸਪੀਟਲ ਵਿੱਚ ਗੇੜਾ ਰਹਿੰਦਾ ਏ, ਉਹ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ। ਗੱਲਾਂ ਪੁਰਾਣੀਆਂ ਹੋ ਗਈਆਂ, ਸਾਡੇ ਬਹੁਤੇ ਵਿਚਾਰੇ ਨਿਆਣਿਆਂ ਨੂੰ ਪਤਾ ਨਹੀਂ ਹੋਣਾ ਬੇੜਾ ਘਿਓ ਆ ਦੁੱਧ ਤਾਂ ਬਣਦਾ, ਕਿਉਂਕਿ ਉਹਨਾਂ ਚੀਜ਼ਾਂ ਵੇਖੀਆਂ ਨਹੀਂ। ਆਖਿਓ ਲੱਸੀ ਤੇ ਮੱਖਣ, ਗੱਲਾਂ ਪੁਰਾਣੀਆਂ ਹੋ ਗਈਆਂ, ਟੁੱਟ ਗਈਆਂ ਚਾਟੀਆਂ ਕਾੜਨੇ ਦੂਰ ਮਧਾਣੀਆਂ ਹੋ ਗਈਆਂ, ਹੁਣ ਗੈਸ ਚਲਾਉਣ ਸਵਾਣੀਆਂ, ਬਾਲਣਾ ਫੁੱਲ ਗਈਆਂ ਚੁੱਲੇ ਨੂੰ, ਉਹ ਲੱਗਾ ਡੇਢ ਟਨ ਦਾ ਏਸੀ ਤੇ ਤਰਸੀਏ ਹਵਾ ਦੇ ਬੁੱਲੇ ਨੂੰ, ਉਹ ਖਾ ਖਾ ਨੂੰ ਬਰਗਰ ਬਰਗਰ, ਉਹ ਖਾ ਖਾ ਨਿਊਡਲ ਬਰਗਰ, ਉਹ ਭਾਰ ਬਥੇਰਾ ਰਹਿੰਦਾ ਏ, ਫਿਰ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ, ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ, ਉਹ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ। ਜਦੋਂ ਅਸੀਂ ਪੈਦਲ ਤੁਰਦੇ ਸਾਂ ਤੇ ਇਕੱਲਾ ਸਾਈਕਲ ਹੁੰਦਾ ਸੀ, ਉਦੋਂ ਸਾਨੂੰ ਕੋਈ ਬਿਮਾਰੀ ਨਹੀਂ ਸੀ। ਸਾਈਕਲ ਵੇਚ ਕੇ ਮੋਟਰਸਾਈਕਲ ਲਿਆ, ਮੋਟਰਸਾਈਕਲ ਵੇਚ ਕੇ ਗੱਡੀ ਲਈ, ਗੱਡੀ ਵੇਚ ਕੇ ਹੋਰ ਵੱਡੀ ਗੱਡੀ ਲਈ, ਫਿਰ ਏਸੀ ਵਾਲੀ ਗੱਡੀ ਲਈ, ਫਿਰ ਜਹਾਜ਼ ਝੂਟਾ, ਫਿਰ ਢਿੱਡ ਫੁੱਲ ਕੇ ਇੱਥੇ, ਫਿਰ ਹੁਣ ਢਿੱਡ ਘਟਾਉਣ ਲਈ ਫਿਰ ਸਾਈਕਲ ਚਲਾਉਣਾ ਜਾ ਕੇ ਜਿੰਮ 'ਚ, ਹੁਣ ਜਿੰਮ 'ਚ ਡਹੇ ਹੁੰਦੇ ਆ। ਉਹ ਪੈਦਲ ਤੁਰਨਾ ਫਿਰਨਾ ਛੱਡਤਾ, ਫਿਰਨਾ ਛੱਡਤਾ, ਉਹ ਨਾਲੇ ਸਾਈਕਲ ਭੁੱਲ ਗਿਆ, ਉਹ ਮਹਿੰਗੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਟੁੱਲ ਗਿਆ, ਉਹ ਆਕਸੀਜਨ ਵੀ ਮੁੱਲ ਮਿਲਦੀ ਮਿਲਦੀ, ਉਹ ਲੱਖ ਵੱਧ ਕੇ ਰੁੱਖਾਂ ਨੂੰ ਸਾਦਮਾ ਤੇ ਟੀਵੀ, ਉਹ ਕਿੰਨੇ ਸੁਣਾਈਏ ਦੁੱਖਾਂ ਨੂੰ ਦੁੱਖਾਂ ਨੂੰ, ਆਕਸੀਜਨ ਵੀ ਮੁੱਲ ਮਿਲਦੀ ਵੀ ਮੁੱਲ ਮਿਲਦੀ। ਇਹ ਪਰਮਾਤਮਾ ਨੇ ਆਪਾਂ ਨੂੰ ਬੜੀ ਨਿਆਮਤ ਦਿੱਤੀ ਹੈ, ਆ ਜਿਹੜੀ ਆਕਸੀਜਨ ਆਪਾਂ ਸਾਹ ਲੈ ਰਹੇ ਨਾ,
ਹਸਪੀਟਲ ਵਿੱਚ ਚਲ ਜਾਓ ਤੇ ਲੱਖਾਂ ਰੁਪਈਆ ਲੈਂਦੇ ਹੋ ਇੱਕ ਸਿਲੰਡਰ ਦਾ। ਜਦੋਂ ਆਕਸੀਜਨ ਲੱਗਦੀ ਨਾ ਬੰਦੇ ਨੂੰ ਲੱਖਾਂ ਰੁਪਈਆ ਲੈਂਦੇ। ਉਹ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ, ਉਹਨੇ ਕਦੇ ਤੁਹਾਡੇ ਕੋਲ ਦੁੱਖੀ ਵੀ ਮੰਗੀ ਆ, ਤੁਹਾਨੂੰ ਸਾਹ ਦੇਣ ਡਿਆ, ਉਹਦਾ ਸ਼ੁਕਰ ਕਰਿਆ ਕਰੋ। ਆ ਰੁੱਖਾਂ ਨੂੰ ਵੱਢਣਾ ਛੱਡ ਦਿਓ, ਮੇਰੀ ਬੇਨਤੀ ਹੈ। ਅੱਜ ਜਿੰਨੇ ਵੀ ਮੇਰੇ ਭਰਾ ਬੈਠੇ ਜੇ, ਘਰ ਜਾ ਕੇ ਇੱਕ ਇੱਕ ਰੁੱਖ ਜ਼ਰੂਰ ਲਾਇਓ, ਮੇਰੀ ਬੇਨਤੀ ਹੈ ਤੁਹਾਨੂੰ। ਆਪਣਾ ਇਹ ਦੁਨੀਆ ਬਚ ਜਾਊਗੀ। ਮੈਂ ਇਹ ਨਹੀਂ ਕਹਿੰਦਾ ਵੀ ਆਪਣਾ ਪੰਜਾਬ ਬਾਜੂ, ਆਪਣਾ ਜ਼ਿਲ੍ਹਾ ਬਾਜੂ, ਆਪਣਾ ਮਾਝਾ ਬਾਜੂ, ਦੁਨੀਆ ਬਚ ਜਾਊਗੀ। ਰੁੱਖ ਲਾਉਣੇ ਸ਼ੁਰੂ ਕਰ ਦਿਓ ਅਤੇ ਉਹਨਾਂ ਨੂੰ ਕੱਟਣਾ ਬੰਦ ਕਰ ਦਿਓ, ਨਹੀਂ ਤਾਂ ਫਿਰ ਆਕਸੀਜਨ ਵੀ ਮੁੱਲ ਮਿਲਦੀ। ਇੱਥੇ ਵੱਢ ਕੇ ਰੁੱਖਾਂ ਨੂੰ ਹੋ ਗਏ ਸਾਧ ਮਾਤੇ, ਟੀਵੀ ਕਿੰਨੇ ਗਣਾਈਏ ਦੁੱਖਾਂ ਨੂੰ। ਉਹ ਮਾਲਿਆ ਤੂੰ ਵੀ ਸਮਝ ਲਾਵਾ, ਤੂੰ ਵੀ ਸਮਝ ਲਾਵਾ। ਉਹ ਛਾਪੜੀ ਵਾਲਿਆ ਤੂੰ ਵੀ ਸਮਝ ਲਾਇਆ, ਤੂੰ ਵੀ ਸਮਝ ਲਾਇਆ। ਦੀਵੇ ਥੱਲੇ ਹਨੇਰਾ ਰਹਿੰਦਾ ਏ, ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ, ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ, ਉਹ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਰਹਿੰਦਾ ਏ, ਉਹ ਇਸੇ ਕਰਕੇ ਘਰ ਡਾਕਟਰ ਦਾ ਗੇੜਾ ਉਹ ਗੇੜਾ ਠੀਕ ਹੈ ਜੀ।